ਲੋਕ ਇਨਸਾਫ਼ ਪਾਰਟੀ ਦੇ ਪ੍ਰਮੁੱਖ ਸਿਮਰਜੀਤ ਸਿੰਘ ਬੈਂਸ ਲੁਧਿਆਣਾ ਚ ਐਮ ਪੀ ਰਵਨੀਤ ਸਿੰਘ ਬਿੱਟੂ ਵੱਲੋਂ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਚ ਆਪਣੀ ਉਪਲਬਧੀਆਂ ਸੰਬੰਧੀ ਲਗਾਏ ਹੋਰਡਿੰਗ ਨੂੰ ਲੈ ਕੇ ਕਿਹਾ ਹੈ ਕਿ ਜੇਕਰ ਬਿੱਟੂ ਨੇ ਕੋਈ ਕੰਮ ਕੀਤਾ ਹੁੰਦਾ ਤਾਂ ਉਹਨਾਂ ਨੂੰ ਲੋਕਾਂ ਨੂੰ ਦੱਸਣ ਦੀ ਲੋੜ ਨਾ ਪੈਂਦੀ। ਇਹ ਗੱਲ ਮੈਂ ਕਹਾਂ ਤੇ ਹੋ ਸਕਦਾ ਬਹੁਤ ਸਾਰੇ ਲੋਕ ਇਹ ਗੱਲ ਸੋਚਣ ਵੀ ਇਹ ਵਿਰੋਧ ਦੇ ਵਿੱਚ ਹੈ, ਵਿਰੋਧ ਲਈ ਵਿਰੋਧ ਹੋ ਰਿਹਾ। ਸੋ ਹੁਣ ਤਾਂ ਕਾਂਗਰਸ ਪਾਰਟੀ ਦੇ ਐਮ ਐਲ ਏ ਸਾਹਿਬਾਨ, ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸਾਹਿਬਾਨ ਆਪਣੇ ਕਾਂਗਰਸ ਪਾਰਟੀ ਦੇ ਐਮ ਪੀ ਦੀਆਂ ਪ੍ਰਾਪਤੀਆਂ ਬਾਰੇ ਸੱਚਾਈ ਬਿਆਨ ਕਰ ਰਹੇ ਆ। ਕਿਸੇ ਨੇ ਕੋਈ ਪ੍ਰਾਪਤੀ ਕੀਤੀ ਹੋਵੇ ਨਾ, ਕੰਮ ਕੀਤਾ ਹੋਵੇ, ਤੇ ਉਹਨੂੰ ਆਪਣੀਆਂ ਪ੍ਰਾਪਤੀਆਂ ਬੋਰਡਾਂ ਦੇ ਉੱਤੇ ਲਿਖਣ ਦੀ ਲੋੜ ਨਹੀਂ ਪੈਂਦੀ। ਜਿਹੜੇ ਬੰਦੇ ਨੇ ਕੋਈ ਕੰਮ ਨਾ ਕੀਤਾ ਹੋਵੇ ਤੇ 5 ਸਾਲ ਮੌਜ ਮਸਤੀ ਕੀਤੀ ਹੋਵੇ, 5 ਸਾਲਾਂ ਬਾਅਦ ਉਹਨੂੰ ਫਿਰ ਝੂਠ ਦਾ ਸਹਾਰਾ ਲੈਣਾ ਪਿਆ। ਸੋ ਅੱਜ ਲੁਧਿਆਣੇ ਦੇ ਮੈਂਬਰ ਪਾਰਲੀਮੈਂਟ ਸਾਹਿਬ ਵੱਡੇ ਵੱਡੇ ਬੋਰਡ ਲਾ ਕੇ ਕੀ ਜਿਤਾਉਣਾ ਚਾਹੁੰਦੇ ਆ? ਜੇ ਇਹੀ ਕਿਤੇ ਕੰਮ ਕੀਤੇ ਹੁੰਦੇ ਤੇ ਫਿਰ ਬੋਰਡਾਂ ਦੇ ਉੱਤੇ ਇਹ ਕੰਮ ਲਿਖਣ ਦੀ ਲੋੜ ਨਹੀਂ ਸੀ। ਫਿਰ ਆਵਾਜ਼ੇ ਖਲਕ ਨਗਾੜਾ ਇਹ ਖੁਦਾ, ਫਿਰ ਲੋਕ ਆਵਾਜ਼ ਬਣ ਜਾਂਦੇ, ਫਿਰ ਲੋਕ ਕੀਤੇ ਹੋਏ ਕੰਮ ਆਪਣੇ ਨੁਮਾਇੰਦੇ ਦੇ ਪ੍ਰਚਾਰਕ ਬਣ ਕੇ ਪ੍ਰਚਾਰ ਕਰਦੇ ਆ। ਸੋ ਅੱਜ ਐਮ ਪੀ ਸਾਹਿਬ ਮੈਂ ਇਹ ਕਹੂੰਗਾ ਕਿ ਉਹ ਬੱਚਾ ਜਿਹਨੇ 5 ਸਾਲ ਕੋਈ ਪੜ੍ਹਾਈ ਨਾ ਕੀਤੀ ਹੋਵੇ, ਇਮਤਿਹਾਨ ਦੇ ਦਿਨਾਂ ਦੇ ਵਿੱਚ ਨਕਲ ਮਾਰਨ ਦਾ ਯਤਨ। ਸੋ ਇਹ ਐਮ ਪੀ ਸਾਹਿਬ ਦੀ ਜਿਹੜੀ ਗੱਲ, ਉਹਨਾਂ ਦੀ ਪਾਰਟੀ ਦੇ ਲੀਡਰ ਐਮ ਐਲ ਏ ਸਾਹਿਬਾਨ ਕਰ ਰਿਹਾ, ਬਿਲਕੁਲ ਸੱਚਾਈ ਪ੍ਰਗਟ ਕਰ ਰਿਹਾ। ਵਿਧਾਇਕ ਬੈਂਸ ਨੇ ਬਿੱਟੂ ਤੇ ਹਮਲਾ ਬੋਲਦਿਆਂ ਕਿਹਾ ਕਿ ਬਿੱਟੂ ਨੇ ਸ਼ਹਿਰ ਲਈ ਕੁਝ ਨਹੀਂ ਕੀਤਾ ਹੈ। ਲੁਧਿਆਣਾ ਚ ਕਾਂਗਰਸ ਪਾਰਟੀ ਦੇ 6 ਵਿਧਾਇਕ, 1 ਕੈਬਨਿਟ ਮੰਤਰੀ ਅਤੇ 1 ਐਮ ਪੀ ਹੋਣ ਦੇ ਬਾਵਜੂਦ ਸ਼ਹਿਰ ਚ ਸੜਕਾਂ ਅਤੇ ਹੋਰ ਸਹੂਲਤਾਂ ਦਾ ਬੁਰਾ ਹਾਲ ਹੈ। ਕੱਲੀ ਕਾਂਗਰਸ ਪਾਰਟੀ ਦੀ ਗੁੱਟਬਾਜ਼ੀ ਨਹੀਂ, ਅੱਜ ਪੰਜਾਬ ਦੀ ਹਕੂਮਤ ਜਿਹੜੀ ਕਾਂਗਰਸ ਪਾਰਟੀ ਦੀ ਹੈ, ਅੱਜ ਹਕੂਮਤ ਦੇ ਅੰਦਰ ਵੀ ਬਹੁਤ ਵੱਡੀ ਪੱਧਰ ਤੇ ਗੁੱਟਬਾਜ਼ੀ। ਉਹਦਾ ਲਾਸ ਕਿਹਨੂੰ ਹੋ ਰਿਹਾ ਪੰਜਾਬ ਲਈ? ਕੈਪਟਨ ਅਮਰਿੰਦਰ ਸਿੰਘ ਦੇ ਵਾਅਦੇ ਕਿੱਥੇ ਗਏ? ਸ਼ੂ ਮੰਤਰ ਲੁਧਿਆਣੇ ਦੀ ਗੱਲ ਕਰਾਂ, ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦਾ ਐਮ ਪੀ, 1 ਵਜ਼ੀਰ, 4 ਲੁਧਿਆਣੇ ਸ਼ਹਿਰ ਦੇ ਐਮ ਐਲ ਏ, ਸਮਾਰਟ ਸਿਟੀ ਪ੍ਰੋਜੈਕਟ, ਸੱਤਿਆਨਾਥ ਸਿਟੀ ਪ੍ਰੋਜੈਕਟ ਕੂੜਾ ਤੱਕ ਨਹੀਂ ਸੰਭਾਲਿਆ ਗਿਆ, ਸੜਕਾਂ ਦਾ ਬੁਰਾ ਹਾਲ, ਕਿਤੇ ਪੈਚ ਲਾਉਣ ਲਈ ਵੀ ਲੁੱਕ ਹੈ ਨਹੀਂ। ਸੋ ਇਹ ਜਿਹੜੀ ਗੁੱਟਬੰਦੀ ਇਕੱਲੀ ਪਾਰਟੀ ਦੇ ਅੰਦਰ ਨਹੀਂ, ਸਰਕਾਰ ਦੇ ਅੰਦਰ ਜਿਹੜੀ ਗੁੱਟਬੰਦੀ, ਉਹ ਪੰਜਾਬ ਦਾ ਬੇੜਾ ਗਰਕ ਕਰ ਰਹੀ ਹੈ। ਪਿਛਲੇ ਦਿਨੀ ਲੁਧਿਆਣਾ ਦੇ ਡੇਲੋ ਚ ਪੁਲਿਸ ਅਤੇ ਗੈਂਗਸਟਰਸ ਵਿਚਕਾਰ ਹੋਈ ਮੁੱਠਭੇੜ ਨੂੰ ਲੈ ਕੇ ਉਹਨਾਂ ਕਿਹਾ ਕਿ ਰਾਜ ਵਿਚ ਕਾਨੂੰਨ ਦੀ ਵਿਵਸਥਾ ਦਾ ਬੁਰਾ ਹਾਲ ਹੈ। ਉਹਨਾਂ ਨਸ਼ਾਖੋਰੀ ਨੂੰ ਲੈ ਕੇ ਵੀ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਸਵਾਲ ਚੁੱਕੇ। ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ। ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦੇ ਕੋਲ ਹੋਮ ਮਿਨਿਸਟਰੀ ਹੈ, ਮੈਂ ਬੜੀ ਵਾਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਹ ਅਪੀਲ ਕੀਤੀ ਹੈ, ਸੁਜੈਸ਼ਨ ਦਿੱਤਾ ਕਿ ਕੈਪਟਨ ਸਾਹਿਬ ਤੁਹਾਡੇ ਕੋਲ ਟਾਈਮ ਨਹੀਂ ਹੈਗਾ, ਤੁਸੀਂ ਗ੍ਰਹਿ ਵਜਾਰਤ, ਹੋਮ ਮਿਨਿਸਟਰੀ ਛੱਡ ਕੇ ਆਪਣੇ ਕਿਸੇ ਸਾਥੀ ਮੰਤਰੀ ਨੂੰ ਦੇ ਦਿਓ, ਤਾਂ ਜੋ ਪੰਜਾਬ ਦੇ ਅੰਦਰ ਜਿਹੜਾ ਅੱਜ ਭੈਭੀਤ ਮਾਹੌਲ ਹੋਇਆ ਨਾ, ਇੱਕ ਦਹਿਸ਼ਤ ਦਾ ਮਾਹੌਲ ਪੈਦਾ ਹੋਇਆ, ਕੋਈ ਸਾਡੀ ਧੀ ਭੈਣ, ਕੋਈ ਬਜ਼ੁਰਗ ਬਾਜ਼ਾਰ ਦੇ ਵਿੱਚ ਨਹੀਂ ਜਾ ਸਕਦਾ, ਸਨੈਚਿੰਗ ਹੋ ਰਹੀ ਹੈ, ਅਫਵਾਹ ਹੋ ਰਹੀਆਂ ਨੇ, ਗੈਂਗਵਾਰ ਪੰਜਾਬ ਦੇ ਅੰਦਰ। ਸੋ ਇਹ ਗੈਂਗਵਾਰ ਲਾਅ ਐਂਡ ਆਰਡਰ ਦਾ ਜਨਾਜ਼ਾ ਕੱਢ ਕੇ, ਅਤੇ ਪੁਲਿਸ ਕੀ ਕਰ ਰਹੀ ਹੈ? ਚਿੱਟਾ ਗਲੀ ਗਲੀ ਆ, ਚੋਰ ਕੁੱਤੀ ਰਲੀ ਆ, ਅਤੇ ਅੱਜ ਚਿੱਟੇ ਦੀ ਇਨਫੋਰਮੇਸ਼ਨ ਹਰ ਮਹੱਲੇ, ਹਰ ਗਲੀ, ਹਰ ਪਿੰਡ ਦੇ ਵਿੱਚ ਆ, ਚਿੱਟਾ ਸ਼ਰੇਆਮ ਵਿਕ ਰਿਹਾ। ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ। ਜਦੋਂ ਚੋਰ ਸੰਨ ਲਾ ਕੇ ਚਲੇ ਜਾਣ, ਬਦਮਾਸ਼ ਸੰਨ ਲਾ ਕੇ ਚਲੇ ਜਾਣ, ਡਾਕੂ ਸੰਨ ਲਾ ਕੇ ਚਲੇ ਜਾਣ, ਉਦੋਂ ਰੌਲਾ ਪਾਉਣ ਦਾ ਕੀ ਫਾਇਦਾ? ਅਤੇ ਮੈਂ ਇਹੀ ਕਹਿੰਦਾ ਨਾ ਕਿ ਪੰਜਾਬ ਦੇ ਅੰਦਰ ਜਿਹੜਾ ਲਾਅ ਐਂਡ ਆਰਡਰ, ਇੱਕ ਵਿਧਾਇਕ ਨੂੰ ਧਮਕੀ ਆਵੇ, ਆਮ ਲੋਕਾਂ ਦਾ ਕੀ ਹਾਲ ਹੋਏਗਾ, ਆਮ ਪਬਲਿਕ ਦਾ ਕੀ ਹਾਲ ਹੋਏਗਾ? ਅੱਜ ਪੰਜਾਬ ਪੁਲਿਸ ਸਿਰਫ ਤੇ ਸਿਰਫ ਮਾਸਟਰਾਂ ਨੂੰ ਕੁੱਟਣ ਵਾਲੀ ਇੱਕ ਫੋਰਸ ਬਣ ਕੇ ਰਹਿ ਗਈ ਹੈ, ਆਪਣੀ ਡਿਊਟੀ ਦਾ ਪੁਲਿਸ ਵਾਲੇ ਕਰਨਾ ਹੀ ਭੁੱਲ ਗਏ। ਇਸੇ ਕਰਕੇ ਜਿਹੜੇ ਗੈਰ ਸਮਾਜੀ ਤੱਤ ਹੈਗੇ ਆ, ਜਿਹੜੇ ਗੈਂਗਸਟਰ ਹੈਗੇ ਆ, ਜਿਹੜੇ ਬਦਮਾਸ਼ ਲੋਕ ਆ, ਚੋਰ ਹੈ, ਉਹ ਪੁਲਿਸ ਤੋਂ ਉੱਤੋਂ ਵੀ ਹੋਏ। ਪੀ ਐਸ ਪੀ ਸੀ ਐਲ ਵੱਲੋਂ ਬੀਤੇ ਦਿਨੀ ਸ਼ਹੀਦ ਸੁਖਦੇਵ ਥਾਪਰ ਦੇ
ਜੱਦੀ ਘਰ ਦੀ ਬਿਜਲੀ ਕੱਟੇ ਜਾਣ ਨੂੰ ਲੈ ਕੇ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਸ਼ਹੀਦਾਂ ਨੂੰ ਸਨਮਾਨ ਦੇਣ ਚ ਅਸਫਲ ਰਹੀ ਹੈ, ਜਿਨ੍ਹਾਂ ਦੇ ਚਲਦਿਆਂ ਅੱਜ ਅਸੀਂ ਆਜ਼ਾਦੀ ਦੇ ਮਾਹੌਲ ਚ ਸਾਹ ਲੈ ਰਹੇ ਹਾਂ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਕਰਤਾਰ ਸਿੰਘ ਸਰਾਭਾ, ਇਹ ਉਹ ਸਰਕਾਰ ਹੈ ਕਾਂਗਰਸ ਪਾਰਟੀ ਦੀ। ਦਿੱਲੀ ਦੇ ਵਿੱਚ ਬਹੁਤ ਸਾਰੇ ਕ੍ਰਾਂਤੀਕਾਰੀ ਲੋਕਾਂ ਨੇ ਜੰਤਰ ਮੰਤਰ ਤੇ ਧਰਨਾ ਲਾ ਲਿਆ ਵੀ ਇਹ ਸ਼ਹੀਦਾਂ ਨੂੰ, ਜਿਨ੍ਹਾਂ ਦੀ ਬਦੌਲਤ ਸਾਨੂੰ ਆਜ਼ਾਦੀ ਮਿਲੀ ਹੈ, ਇਹਨਾਂ ਨੂੰ ਸ਼ਹੀਦ ਦਾ ਦਰਜਾ ਦੇ ਦਿਓ। ਮੈਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚ ਇੱਕ ਪ੍ਰਸਤਾਵ ਪੇਸ਼ ਕੀਤਾ, ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਕਰਤਾਰ ਸਿੰਘ ਸਰਾਭਾ, ਇਹਨਾਂ ਨੂੰ ਸ਼ਹੀਦ ਦਾ ਦਰਜਾ ਦੇਣ ਵਾਸਤੇ ਪੰਜਾਬ ਅਸੈਂਬਲੀ ਮਤਾ ਪਾਸ ਕਰਕੇ ਕੇਂਦਰ ਨੂੰ ਭੇਜੇ ਤਾਂ ਜੋ ਇਹਨਾਂ ਨੂੰ ਸ਼ਹੀਦ ਦਾ ਦਰਜਾ ਮਿਲ ਜਾਵੇ। ਰਿਜੈਕਟ ਕਰਤਾ। ਸੋ ਇੱਥੋਂ ਸਰਕਾਰ ਦੀ ਨੀਅਤ ਦਾ ਪਤਾ ਲੱਗਦਾ, ਸ਼ਹੀਦ ਸੁਖਦੇਵ ਥਾਪਰ ਦੇ ਘਰ ਦਾ ਬਿਜਲੀ ਦਾ ਬਿੱਲ ਨਾ ਜਮ੍ਹਾਂ ਕਰਾਇਆ ਜਾ ਸਕੇ ਸਰਕਾਰ ਦੇ ਮਹਿਕਮੇ ਕੋਲੋਂ। ਇੱਦੂ ਵੱਡੀ ਸ਼ਹੀਦਾਂ ਪ੍ਰਤੀ ਅਣਦੇਖੀ, ਅਤੇ ਲੋਕ ਕਦੇ ਇਹਨਾਂ ਨੂੰ ਮਾਫ਼ ਨਹੀਂ ਕਰਨਗੇ। ਆਹ 2019 ਆ ਗਿਆ ਨਾ, ਉਹ ਲੋਕ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਜ਼ਾਦ ਹਾਂ, ਉਹ ਲੋਕ ਜਿਨ੍ਹਾਂ ਦੀ ਬਦੌਲਤ ਸਰਕਾਰਾਂ ਬਣਦੀਆਂ ਨੇ, ਅਤੇ ਅਸੀਂ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੇ ਘਰ ਬਣਾਇਆ ਉਹਨਾਂ ਦਾ ਬਿਜਲੀ ਦਾ ਬਿੱਲ ਕਨੈਕਸ਼ਨ ਕੱਟੇ ਜਾਣ, ਅਤੇ ਲੋਕ ਬਦਲਾ ਲੈਣ। ਉਹਨਾਂ ਕਿਹਾ ਕਿ ਨਵਾਂ ਸ਼ਹਿਰ ਦੇ ਖਟਕੜ ਕਲਾਂ 'ਚ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦੀ ਹਾਲਤ ਵੀ ਬਹੁਤ ਬੁਰੀ ਹੈ। ਮੈਂ ਖਟਕੜ ਕਲਾਂ ਜਾ ਕੇ ਆਇਆ, ਕੈਸੀ ਉੱਥੇ ਦੁਰਦਸ਼ਾ। ਮੈਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਘਰ ਦੇ ਵਿੱਚ ਜਾ ਕੇ ਆਇਆ, 23 ਮਾਰਚ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ। ਉੱਥੋਂ ਦੀ ਭਗਤ ਸਿੰਘ, ਸ਼ਹੀਦ ਆਜ਼ਮ ਭਗਤ ਸਿੰਘ ਨੌਜਵਾਨ ਕਲੱਬ ਜਿਹੜੀ ਖਟਕੜ ਕਲਾਂ ਦੀ ਆ, ਉਹਦੇ ਮੈਂਬਰ ਮੈਨੂੰ ਮਿਲੇ। ਕੰਧਾਂ 2-3 ਢਈਆਂ ਹੋਈਆਂ ਨੇ, ਸੜਕ ਦਾ ਬੁਰਾ ਹਾਲ ਆ। ਕਹਿੰਦੇ ਅਸੀਂ ਵਾਰ ਵਾਰ ਇਲਾਕੇ ਦਾ MLA, ਕਾਂਗਰਸ ਪਾਰਟੀ ਦਾ, ਅਸੀਂ ਵਾਰ ਵਾਰ MLA ਕੋਲੇ ਗਏ, ਅਸੀਂ ਵਾਰ ਵਾਰ MP ਕੋਲੇ ਗਏ, ਅਸੀਂ ਵਾਰ ਵਾਰ ਜ਼ਿਲ੍ਹੇ ਦੇ DC ਕੋਲੇ ਗਏ, ਸ਼ਹੀਦ ਭਗਤ ਸਿੰਘ ਨਗਰ ਦੇ DC ਕੋਲੇ, ਕੋਈ ਸੁਣਵਾਈ ਨਹੀਂ। ਸੋ ਤੁਸੀਂ ਇੱਥੋਂ ਦੀ ਗੱਲ ਕਰਦੇ ਆ, ਇਹ ਸਰਕਾਰ ਸ਼ਹੀਦਾਂ ਦੀ ਅਣਦੇਖੀ ਕਰਦੀ ਹੈ, ਸਿਰਫ ਸਿਆਸੀ ਰੋਟੀਆਂ ਸੇਕਣੀਆਂ ਜਾਣਦੇ, ਸ਼ਹੀਦਾਂ ਦਾ ਨਾਮ ਲੈ ਕੇ ਸਰਕਾਰਾਂ ਚਲਾਉਣੀਆਂ ਜਾਣਦੀਆਂ, ਸ਼ਹੀਦਾਂ ਦਾ ਨਾਮ ਲੈ ਕੇ ਲੋਕਾਂ ਨੂੰ ਭੰਬਲ ਭੁੱਸਾ ਅਤੇ ਲੋਕਾਂ ਦੀਆਂ ਭਾਵਨਾਵਾਂ ਕੈਸ਼ ਕਰਕੇ ਵੋਟ ਬਟੋਰਨਾ ਜਾਣ। ਜਦਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਦਿੱਲੀ ਅਤੇ ਹਰਿਆਣਾ 'ਚ ਗਠਬੰਧਨ ਦੀ ਚਰਚਾਵਾਂ ਦੇ ਸੰਬੰਧ 'ਚ ਉਹਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਾਂਗਰਸ ਨਾਲ ਸਮਝੌਤਾ ਕਰਨ ਨੂੰ ਬੇਕਰਾਰ ਹਨ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਕਿਸੇ ਵੇਲੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਤੇ ਚਿੱਟੇ ਸੰਬੰਧੀ ਆਰੋਪ ਲਗਾਏ ਸੀ, ਜੋ ਬਾਅਦ ਵਿੱਚ ਆਪਣੀ ਗੱਲ ਤੋਂ ਪਲਟ ਗਏ। ਅਰਵਿੰਦ ਕੇਜਰੀਵਾਲ ਸਾਹਿਬ ਕੋਲੋਂ ਸਵਾਲ ਪੁੱਛੋ, ਉਹੀ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਕਿਸੇ ਵੇਲੇ ਕਾਂਗਰਸ ਪਾਰਟੀ ਨੂੰ ਪਾਣੀ ਪੀ ਪੀ ਗਾਲਾਂ ਕੱਢਦੇ ਸੀ ਵੀ ਇਹਨੇ ਦੇਸ਼ ਬੜਾ ਲੁੱਟਿਆ। ਅੱਜ ਅਰਵਿੰਦ ਕੇਜਰੀਵਾਲ ਸਾਹਿਬ ਲੇਟ ਲੇਟ ਕੇ ਕਾਂਗਰਸ ਦੇ ਪੈਰਾਂ 'ਚ ਡਿੱਗ ਕੇ ਗਿੜਗਿੜਾ ਰਹੇ ਆ ਕਿ ਸਾਡੇ ਨਾਲ ਅਲਾਇੰਸ ਕਰ ਲਓ। ਪੰਜਾਬ ਦੇ ਅੰਦਰ ਭਗਵੰਤ ਮਾਨ ਜੀ ਹੋਰੀ ਟਕਸਾਲੀਆਂ ਦੇ ਨਾਲ, ਅਤੇ ਅੱਜ ਆਮ ਆਦਮੀ ਪਾਰਟੀ ਇਕੱਲੀ ਪੰਜਾਬ ਦੇ ਅੰਦਰ ਨਹੀਂ, ਪੂਰੇ ਦੇਸ਼ ਦੇ ਅੰਦਰ ਆਪਣਾ ਆਧਾਰ ਖਤਮ, ਕਗਾਰ 'ਤੇ ਖੜੀ ਆ ਖਤਮ ਹੋਣ ਦੇ। ਸੋ ਇਸ ਕਰਕੇ ਇਹ ਕਿਸੇ ਨਾਲ ਅਲਾਇੰਸ ਕਰ ਲੈਣ, ਇਹ ਕਾਂਗਰਸ ਨਾਲ ਕਰ ਲੈਣ, ਇਹਨਾਂ ਦਾ ਚਿਹਰਾ ਬੇਨਕਾਬ ਪੰਜਾਬ ਦੇ ਅੰਦਰ ਹੋ ਚੁੱਕਿਆ। ਟੋਟਲ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿ ਅਰਵਿੰਦ ਕੇਜਰੀਵਾਲ ਪੰਜਾਬ ਵਾਸਤੇ ਇਮਾਨਦਾਰ ਨਹੀਂ। ਅਰਵਿੰਦ ਕੇਜਰੀਵਾਲ ਜਿਹੜੇ ਵਿਕਰਮ ਮਜੀਠੀਆ ਨੂੰ ਚਿੱਟੇ ਦਾ ਸਭ ਤੋਂ ਵੱਡਾ ਤਸਕਰ ਕਹਿੰਦੇ ਸੀ, ਕਿੱਡੇ ਕਿੱਡੇ ਬੋਰਡ ਇਹਨਾਂ ਨੇ ਕੰਧਾਂ ਦੇ ਉੱਤੇ ਪੋਸਟਰਬਾਜ਼ੀ ਕੀਤੀ, ਇੱਕ ਵਾਰੀ ਨਹੀਂ ਅਸੀਂ 1000 ਵਾਰੀ ਕਹਾਂਗੇ ਵਿਕਰਮ ਮਜੀਠੀਆ ਚਿੱਟਾ ਵੇਚਦਾ, ਅਤੇ ਉਹੀ ਅਰਵਿੰਦ ਕੇਜਰੀਵਾਲ, ਉਹੀ ਆਮ ਆਦਮੀ ਪਾਰਟੀ। ਅਰਵਿੰਦ ਕੇਜਰੀਵਾਲ ਜੀ ਮਜੀਠੀਏ ਨੂੰ ਮਾਫ਼ੀ ਦੇ ਗਏ, ਮਾਫ਼ੀ ਮੰਗ ਗਏ, ਕਲੀਨ ਚਿੱਟ ਦੇ ਗਏ ਕਿ ਵਿਕਰਮ ਮਜੀਠੀਏ ਨੇ ਚਿੱਟਾ ਨਹੀਂ ਵੇਚਿਆ। ਉਹੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਜਿਹੜੀ ਬਾਦਲਾਂ ਦੇ ਮਾਫ਼ੀਏ ਨੂੰ ਕਹਿੰਦੀ ਸੀ ਫੜ ਲਾਂਗੇ ਅਸੀਂ, ਬਾਦਲਾਂ ਨੂੰ ਫੜ ਕੇ ਜੇਲ੍ਹ 'ਚ ਕਰਾਂਗੇ, ਅੱਜ ਬਾਦਲਾਂ ਦੀ ਇੰਡੋ ਕਨੇਡੀਅਨ ਬੱਸ ਸਰਵਿਸ ਦਿੱਲੀ ਦੇ ਵਿੱਚ ਪੰਜਾਬੀਆਂ ਦੀ ਏਅਰਪੋਰਟ ਦੇ ਉੱਤੇ ਲੁੱਟ ਕਰ ਰਹੀ ਆ। ਦੂਜੇ ਪਾਸੇ
ਪੰਜਾਬ ਦੀ ਜਿਹੜੀ ਰੋਡਵੇਜ਼ ਦੀਆਂ ਵੋਲਵੋ ਬੱਸਾਂ ਨੇ ਉਹ ਕੇਜਰੀਵਾਲ ਸਾਹਿਬ ਨੇ ਫੜ ਕੇ ਦਿੱਲੀ ਦੇ ਥਾਣਿਆਂ 'ਚ ਬੰਦ ਕਰਤੀਆਂ। ਪੰਜਾਬੀ ਇਹਨਾਂ ਦਾ ਜਿਹੜਾ ਦਮੂਹੀਆ ਚਿਹਰਾ ਸੀਗਾ ਨਾ, ਉਹ ਬੇਨਕਾਬ ਪੰਜਾਬ ਦੇ ਅੰਦਰ ਹੋ ਚੁੱਕਿਆ। ਕਿਸੇ ਨਾਲ ਅਲਾਇੰਸ ਕਰ ਲੈਣ, ਕੋਈ ਫਰਕ ਨਹੀਂ ਪੈਣਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।